ਇਹ ਹਲਾਲ ਗੋਸ਼ਤ ਫਰੋਦ ਕਰ ਰਹੇ ਹੋ ਜੀ ਅਲhamdulillah ਚੰਤੋਂ ਤੋਂ ਪਰਚੰਤ ਹਲਾਲ ਹੈ ਇਟਲੀ ਦਾ ਪੀਜ਼ਾ ਬੜਾ ਮਸ਼ਹੂਰ ਹੈ ਪੂਰੀ ਦੁਨੀਆ ਤੇ ਪੀਜ਼ਾ ਤੁਸੀਂ ਖੁਦ ਤਿਆਰ ਕਰ ਲੈਂਦੇ ਹੋ ਜੀ ਅਸੀਂ ਹਰ ਕਿਸਮ ਦੇ ਪੀਜ਼ੇ ਤਿਆਰ ਕਰਦੇ ਹਾਂ ਤਕਰੀਬਨ 20 ਤੋਂ 5 ਕਿਸਮਾਂ ਦੇ ਪੀਜ਼ੇ ਜਿਹੜੇ ਅਸੀਂ ਖੁਦ ਤਿਆਰ ਕਰ ਰਹੇ ਹਾਂ 10 ਸਾਲ ਹੋ ਗਏ ਨੇ ਸੰ ਬਿਜ਼ਨਸ ਜਾਇਆ ਠੀਕ ਔਰ ਇਟਲੀ 'ਚ ਰਹਿਣੇ ਕਿੰਨੇ ਦਿਨ ਹੋ ਗਏ ਜੀ 20 ਸਾਲ ਹੋ ਗਏ ਨੇ ਤੁਹਾਡੇ ਕੋਲ ਕਸਟਮਰ ਜਿਹੜੇ ਨੇ ਜੀ ਉਹ तमाम ममालिक आंदे नहीं।, नहीं या सिर्फ पाकिस्तान तमाम ममालिक यहाँ पे कैसी है पाया जाता है या नहीं नहीं, नहीं अल्हम्दुलिल्लाह ये अब सैनिगाल का है ये जितने भी दोस्त सैनिगाल रोमानिया ये यहाँ पे ये कम्यूनिटी रह रही है अगर हम अपने मुल्क से बाहर हैं कुछ मिनत कोशिश कर रहे हैं जाहिर लोग आएंगे आपकी क्वान्टीज देख के आएंगे देख कर अगर आपका बिहेवियर ठीक है उनके साथ आपको लैंग्वेज आती है अल्लाम जी मेरा नाम अलीशेर है और आप देख रहे हैं पंजाब यूरो टी वी हम इटली में मौजूद हैं और मैं आज आपको तस्वीर का वो रुख दिखाऊंगा जो शायद आपने पहले कम देखा हो कि कितनी बड़ी तादाद में हमारे पाकिस्तानी जो कम्युनिटी है यहाँ पे क्या पज़ीर है यहाँ पे रहते हैं और क्या कारोबार करते हैं जिस जगह हम मौजूद हैं ਇਸੇ ਮਿਨੀ ਪਾਕਿਸਤਾਨ ਵੀ ਕਿਹਾ ਜਾਂਦਾ ਹੈ ਖੁਸ਼ ਹੋ ਕੰਮ ਕਿਹਦਾ ਜਾ ਰਿਹਾ ਸਭ ਤੋਂ ਪਹਿਲਾਂ ਤੇ ਜਨਾਬ ਤੁਹਾਡਾ ਸ਼ੁਕਰੀਆ ਕਿ ਤੁਸੀਂ ਇੱਥੇ ਆਏ ਹੋ ਮਾਸ਼ਾਅੱਲ੍ਲਾ ਐਡਵਰਟਾਈਜ਼ਮੈਂਟ ਕਰ ਰਹੇ ਹੋ ਬਿਨ ਪਾਕਿਸਤਾਨੀ ਪ੍ਰੋਮੋਟ ਕਰ ਰਹੇ ਹੋ ਆਪਣੇ ਚੈਨਲ ਨੂੰ ਵੀ ਤੇ ਨਾਲ ਲੋਕਾਂ ਨੂੰ ਵੀ ਤੇ ਜੇ ਇੱਥੇ ਤੁਸੀਂ ਸਵਾਲ ਕੀਤਾ ਖੁਸ਼ ਹੋਣ ਦਾ ਤੇ ਅਲਹਮਦੁਲਿਲਾ ਅੱਲਾਹ ਤਾਲਾ ਦਾ ਸ਼ੁਕਰ ਅਦਾ ਕਰਨਾ ਚਾਹੀਦਾ ਕਿ ਜੀ ਅਸੀਂ ਇੱਥੇ ਆਏ ਆ ਬੇਸਿਕਲੀ ਬੇਸਿਕਲੀ ਹਰ ਬੰਦਾ ਇੱਥੇ ਜੌਬ ਦੀ ਸੋਚ ਕੇ ਆਇਆ ਸੀ ਤੇ ਅੱਲਾਹ ਪਾਕ ਨੇ ਬੜੀ ਕਰਮਨਵਾਜ਼ੀਆਂ ਕੀਤੀਆਂ ਨੇ ਇੱਥੇ ਠੀਕ ਅੱਛਾ ਬਹੁਤ سارے ਲੋਕ ਨੇ ਜਿਹੜੇ ਜਾਨਣਾ ਚਾਣਗੇ ਕਿ ਇਟਲੀ ਜਾ ਕੇ ਅਗਰ ਕਿਸ ਬੰਦੇ ਆਪਣਾ ਕਾਰੋਬਾਰ ਕਰਨਾ ਹੈ ਠੀਕ ਹੈ ਉਹ ਕਿੰਨਾ ਕੋ ਔਖਾ ਜਾਂ ਸੌਖਾ ਹੈ ਤੁਹਾਡਾ ਐਕਸਪੀਰੀਅੰਸ ਕਿਹਸਾ ਰਿਹਾ ਹੈ ਕਿ ਮੈਂ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਪਾਕਿਸਤਾਨ ਤੋਂ ਜਿਹੜਾ ਆਣਾ ਹੈ ਇਥੇ ਆਏ ਲੀਗਲ ਬੰਦਾ ਹੈ ਉਹ ਜਿਹੜੇ ਇਹਨਾਂ ਦੇ ਕਾਨੂੰਨ ਨੇ ਉਸ ਦੇ ਮੁਤਾਬਿਕ ਆਏ ਤੇ ਮੇਰੇ ਖਿਆਲ ਚ ਜਿਹੜਾ ਬੰਦਾ ਕਰਨਾ ਚਾਹੇ ਤੋ ਉਸ ਨਾਲ ਕੋਈ ਮੁਸ਼ਕਿਲ ਨਹੀਂ ਹੈ ਕੋਈ ਵੀ ਕੰਮ ਕੋਈ ਵੀ ਕੰਮ ਮੁਸ਼ਕਿਲ ਨਹੀਂ ਹੈ ਐਕਸਪੀਰੀਅੰਸ ਹੋਣਾ ਚਾਹੀਦਾ ਥੋੜਾ ਜਿਆ ਜ਼ੁਬਾਨ ਆਣੀ ਚਾਹੀਦੀ ਤਾਂ ਹਰ ਬੰਦਾ ਸਟੇਬਲ ਹੋ ਸਕਦਾ ਹੈ ਕੋਈ ਵੱਡੀ ਗੱਲ ਨਹੀਂ ਸਰ ਪਾਕਿਸਤਾਨ ਕਿੱਥੋਂ ਦੇ ਹੋ ਜੀ ਪਾਕਿਸਤਾਨ ਗੁਜਰਾਤ ਤੋਂ تعلق ਹੈ ਜੀ ਗੁਜਰਾਤ ਤੋਂ ਇਹ 숍 ਬਣਾਇਆ ਜਾਂ ਇਹ ਬਿਜ਼ਨਸ ਕਰਦੇ ਆ ਕਿੰਨੀ ਦੇਰ ਹੋ ਗਈ ਤੁਹਾਨੂੰ ਜੀ 10 ਸਾਲ ਹੋ ਗਏ ਨੇ ਸੰ ਬਿਜ਼ਨਸ ਜਾਇਆ ਠੀਕ ਔਰ ਇਟਲੀ 'ਚ ਰਹਿਣਾ ਕਿੰਨੀ ਦੇਰ ਹੋ ਗਈ ਜੀ 20 ਸਾਲ ਹੋ ਗਏ ਨੇ 20 ਸਾਲ ਹੋ ਗਏ ਨੇ ਮਾਸ਼ਾਅੱਲਾ ਬੱਚੇ ਫੈਮਿਲੀ ਸਾਰਾ ਕੁਝ ਇੱਥੇ ਹੀ ਹੋ ਜੀ ਇਹ ਜੀ ਇਹ ਯੂਨਾਨ ਦੀ ਯੂਨਾਨ ਕਹਿ ਰਹੇ ਸੌਰੀ ਇਟਲੀ ਦੀ ਇਹ ਖੂਬਸੂਰਤੀ ਹੈ ਕਿ ਅਗਰ ਤੁਹਾਡੇ ਕੋਲ ਡਾਕੂਮੈਂਟ ਨਹੀਂ ਨਾ ਤੇ ਤੁਸੀਂ ਆਪਣੇ بیوی ਬੱਚਿਆਂ ਨੂੰ ਬਾਸਾਨੀ ਆਪਣੇ ਕੋਲ ਬੁਲਾ ਸਕਦੇ ਹੋ ਔਰ ਸਰ ਇਹ bizness ਜਿਹੜਾ ਤੁਸੀਂ ਕਰ ਰਹੇ ਹੋ ਕਿਹੋ ਜਿਹਾ ਐਕਸਪੀਰੀਅੰਸ 10 ਸਾਲਾਂ ਦਾ ਜੀ ਬਹੁਤ ਅੱਛਾ ਹੈ ਮਾਸ਼ਾਅੱਲਾ ਬਹੁਤ ਅੱਛਾ ਹੈ ਮੈਂ ਦੇਖੀ ਨਾ ਸਾਰੇ bizness ਹਾਲ ਹੋਣਾ ਚਾਹੀਦਾ ਹੈ ਖੁਸ਼ਹਾਲੀ ਹੋਵੇ ਤੁਸੀਂ ਸਾਰਾ ਦਿਨ ਤੁਹਾਡਾ ਪਬਲਿਕ ਨਾਲ ਤਲਕ ਰਹਿੰਦਾ ਹੈ ਠੀਕ ਹੈ ਹਰ ਕਿਸਮ ਦੇ ਲੋਕ ਆਉਂਦੇ ਨੇ ਲੋਕ ਮੁਹੱਬਤ ਕਰਨ ਵਾਲੇ ਨੇ ਕੈਸੇ ਨੇ ਪਾਕਿਸਤਾਨੀ ਨੂੰ ਕਿੰਜ ਵੇਂਦੇ ਨੇ ਜੀ ਬਿਹਤਰੀਨ ਪਾਕਿਸਤਾਨੀ ਨਾ ਅੱਛੀ ਮਤਲਬ ਉਹ ਸੋਚ ਸਮਝਦੇ ਨੇ ਪਾਕਿਸਤਾਨ ਜਿਹੜਾ ਨਾ ਅਸੀਂ ਕਮਿਊਨਿਟੀ ਬਹੁਤ ਅੱਛੀ ਤਾਵਨ ਕਰਨੇ ਆ ਇਹਨਾਂ ਨਾਲ ਠੀਕ ਕੀ ਨਾਮ ਤੁਹਾਡਾ ਮੁਹੰਮਦ ਜਵੇਦ ਗੁਜਰ ਜੀ ਜਵੇਦ ਸਾਹਿਬ ਇਹ ਮਾਸ਼ਾਅੱਲਾ ਇਹ ਗੋਸ਼ਤ ਹਲਾਲ ਤੁਸੀਂ ਫਰੋਖਤ ਕਰ ਰਹੇ ਹੋ ਇਨਸ਼ਾਅੱਲਾ ਹਲਾਲ ਠੀਕ 100% ਠੀਕ ਆਫਿਸ ਦਾ ਹਲਾਲ ਹੈ ਠੀਕ ਹੈ ਜੀ ਇਹ ਵੇਖਦਾ ਹੈ ਕਿੰਨਾ ਕੋ ਕਸਟਮਰ ਪੈਂਦਾ ਬਹੁਤ ਇਨਸ਼ਾਅੱਲਾ ਜੀ ਮਾਸ਼ਾਅੱਲਾ ਕਮਜ਼ ਕਮ ਦਿਹਾੜੀ ਦੀ 3000 4000 ਦੀ ਸੇਲ ਹੈ ਜੀ ਕਦੀ ਤੁਹਾਨੂੰ ਫੀਲ ਹੋਇਆ ਵੇ ਕਿ ਯਾਰ ਮੈਂ ਪਾਕਿਸਤਾਨੀ ਹਾਂ ਔਰ ਮੇਰੇ ਕੋਲ ਕਸਟਮਰ ਜਿਹੜਾ ਇਟਾਲੀਅਨ ਨਹੀਂ ਆਂਦਾ ਨਹੀਂ 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 ਮੇਰੀ ਦੁਕਾਨ ਦਾ ਐਸਾ ਖੈਰ ਕੋਈ ਨਹੀਂ ਹੈ ਕਿ ਮੇਰੀ ਵੈਸੇ ਵੀ ਦੁਕਾਨ ਦਾ ਸਟਾਈਲ ਜਿਹੜਾ ਟੈਲੀਅਨ ਨਹੀਂ ਹੈ ਥੋੜਾ ਜਿਆਦਾ ਸਿਰ ਪ੍ਰੋਡਕਟ ਵਾਈਜ਼ ਲੋਕ ਕੋਆਪਰੇਟ ਕਰਦੇ ਨੇ ਪਾਕਿਸਤਾਨੀਆਂ ਤੋਂ ਇਲਾਵਾ ਵੀ ਬਿਲਕੁਲ ਬਿਲਕੁਲ ਕਰਦੇ ਨੇ ਜੀ ਕਿਉਂ ਨਹੀਂ ਕਰਦੇ ਨੇ ਹਰ ਹਰ ਇੱਕ ਅੱਛੇ ਲੋਕ ਵੀ ਹੈ ਨੇ ਐਸੀ ਨਹੀਂ ਹੈ ਕੁਝ ਨੈਗੇਟਿਵ ਵੀ ਹੁੰਦੀ ਹੈ ਅਪਰੋਚ ਲੇਕਿਨ ਕਾਫੀ ਹੱਦ ਤੱਕ ਅੱਛੇ ਵੀ ਲੋਕ ਨੇ ਜਿਆਦਾ ਇਹ ਸ਼ਾਪ ਬਣਾਈ ਨੂੰ ਕਿੰਨੀ ਦੇਰ ਜੀ ਸ਼ਾਪ 5 ਸਾਲ ਹੋ ਵੈਸੇ 10 ਸਾਲ ਹੋ ਗਏ ਅੱਛਾ ਅੱਛਾ ਮਾਸ਼ਾਅੱਲਾ ਕਿਹਦਾ ਐਕਸਪੀਰੀਅੰਸ ਹੈ ਤੁਹਾਡਾ ਜੀ ਸ਼ੁਕਰ ਅਲਹਮਦੁਲਿਲਾ ਅੱਛਾ ਬਿਜ਼ਨਸ ਹੈ ਅੱਛਾ ਅਲਹਮਦੁਲਿਲਾ ਬਹੁਤ ਅੱਛਾ ਬਹੁਤ ਕੋਆਪਰੇਟਿਵ ਲੋਕ ਹੈ ਯਹਾਂ ਪੇ ਹਮਾਰੀ ਜਿੰਨੀ ਵੀ ਕਮਿਊਨਿਟੀ ਹੈ ਪਾਕਿਸਤਾਨੀ ਸਾਰੇ ਬਹੁਤ ਕੋਆਪਰੇਟਿਵ ਹੈ ਔਰ الحمداللہ ਬਹੁਤ ਅੱਛਾ ਐਕਸਪੀਰੀਅੰਸ ਰਹਾ ਸਾਡੇ ਕੋਲ ਸਾਰੀਆਂ ਚੀਜ਼ਾਂ ਮੌਜੂਦ ਨੇ ਪਾਕਿਸਤਾਨੀ ਇੰਡੀਅਨ ਜਿੰਨੇ ਵੀ ਖਾਣੇ ਨੇ ਬਰੀਆਨੀ ਹੋ ਗਈ ਸਾਲਨ ਹੋ ਗਏ ਰੋਟੀ ਹੋ ਗਈ ਨਾਨ ਹੋ ਗਈ ਹਰ ਚੀਜ਼ ਮੌਜੂਦ ਹੈ ਅੱਛਾ ਇਟਲੀ ਦਾ ਪੀਜ਼ਾ ਬੜਾ ਮਸ਼ਹੂਰ ਹੈ ਪੂਰੀ ਦੁਨੀਆ ਤੇ ਪੀਜ਼ਾ ਤੁਸੀਂ ਖੁਦ ਤਿਆਰ ਕਰ ਲੈਂਦੇ ਹੋ ਜੀ ਅਸੀਂ ਹਰ ਕਿਸਮ ਦੇ ਪੀਜ਼ੇ ਤਿਆਰ ਕਰਦੇ ਹਾਂ ਤਕਰੀਬਨ 20 ਤੋਂ 25 ਕਿਸਮਾਂ ਦੇ ਪੀਜ਼ੇ ਜਿਹੜੇ ਅਸੀਂ ਖੁਦ ਤਿਆਰ ਕਰ ਰਹੇ ਹਾਂ ਇੱਥੇ ਠੀਕ ਤੇ ਸਾਡਾ ਕਿੰਨੀ ਦੇਰ ਲੱਗੀ ਸਾਡੇ ਪੀਜ਼ੇ ਸਿੱਖਣ ਵਾਸਤੇ ਪੀਜ਼ਾ ਬਣਾਣਾ ਕਿੰਨੀ ਕਿੰਨੀ ਦੇਰ ਚ ਸਿੱਖ ਲਿਆ ਸਭ ਜੀ ਇਹ ਤਾਂ ਕੋਈ ਕੰਮ ਕੋ ਨਹੀਂ ਆ ਜਿਸ ਟਾਈਮ ਆਇਆ ਮਿਹਨਤ ਕੀਤੀ ਹੈ ਸਟਰਗਲ ਕੀਤੀ ਹੈ ਥੋੜੀ ਜਿਹੀ ਇਟਾਲੀਅਨ ਰੈਸਟੋਰੈਂਟਾਂ ਦੇ 2 ਸਾਲ ਕੰਮ ਕੀਤਾ 3 ਸਾਲ ਭਾਈ ਹੁੰਦੇ ਨੇ ਨਾਲ ਉਹਨਾਂ ਨੇ ਵੀ ਦੋਸਤੋ ਬਾਅਦ ਫਿਰ ਜਾ ਕੇ ਜਿਹੜਾ ਅਲਹਮਦੁਲਿਲਾ ਉਹਨਾਂ ਨੇ ਠੀਕ ਮਾਸ਼ਾਅੱਲਾ ਅੱਛਾ ਤੁਸੀਂ ਮੈਨੂੰ ਇਹ ਦੱਸੋ ਕਿ ਪਾਕਿਸਤਾਨੀ ਫੂਡ ਜਿਹੜਾ ਉਹ ਪਾਕਿਸਤਾਨੀਆਂ ਤੋਂ ਅਲਾਵਾ ਵੀ ਲੋਕ ਖਰੀਦ ਕੇ ਲੈ ਕੇ ਜਾਂਦੇ ਨੇ ਜਾਂ ਸਿਰਫ ਪਾਕਿਸਤਾਨੀ ਜਿਹੜੇ ਆਪਣੇ ਗੈਰ ਮੁਲਕੀ ਨੇ ਪਾਕਿਸਤਾਨੀਆਂ ਤੋਂ ਅਲਾਵਾ ਇੰਡੀਅਨ ਨੇ ਬੰਗਲਾਦੇਸ਼ ਹੈ ਸ੍ਰੀਲੰਕਨ ਨੇ ਤੇ ਇਹ ਬਹੁਤ ਜ਼ਿਆਦਾ ਪਸੰਦ ਕਰਦੇ ਨੇ ਤੇ ਖਾਸ ਤੌਰ ਤੇ ਸਾਡੇ ਜਿਹੜੇ ਬਰਿਆਨੀ ਚਾਵਲ ਨੇ ਨਾ ਉਹ ਇਟਾਲੀਅਨ ਬਹੁਤ ਜ਼ਿਆਦਾ ਪਸੰਦ ਕਰਦੇ ਨੇ ਅਲਹਮਦੁਲਿਲਾ ਨਾ ਕੋਈ ਰੈਸਿਸਮ ਨਾ ਕੋਈ ਇਸ ਤਰ੍ਹਾਂ ਰਾਸ਼ਸ ਕਿਸਮ ਕੀ ਨਾ ਕਮੈਂਟਸ ਪਾਸ ਹੋਤੇ ਨਾ ਕੋਈ ਇਸ ਤਰ੍ਹਾਂ ਅਲਹਮਦੁਲਿਲਾ ਇਹ ਵੀ ਹਮਾਰੇ ਮੁਸਲਮਾਨ ਭਾਈ ਹੈ ਉਹ ਦੋਸਤ ਰੁਮਾਨੀਆ ਕੇ ਸਾਰੇ ਜਿੰਨੇ ਵੀ ਬੰਦੇ ਆਤੇ ਹੈ ਯਹਾਂ ਪੇ ਸਰ ਇਟਲੀ ਚ ਕਾਰੋਬਾਰ ਕਰਦੇ ਹੈ ਕਿੰਨੀ ਦੇਰ ਹੋ ਗਈ ਹੈ 5 ਸਾਲ ਹੋ ਗਏ ਨੇ ਜੀ ਮੈਨੂੰ ਇੱਥੇ ਕਾਰੋਬਾਰ ਕਰਦੇ ਆ ਅਲਹਮਦੁਲਿਲਾ ਠੀਕ ਠੀਕ ਕਿਹਦਾ ਐਕਸਪੀਰੀਅੰਸ ਹੈ 5 ਸਾਲਾਂ ਦਾ ਜੀ ਬਹੁਤ ਅੱਛਾ ਜੀ ਅਲ ਹਮਦੁਲillah ਬੱਚਿਆਂ ਵਸੀ ਰੋਜ਼ੀ ਕਮਾ ਰਹੇ ਆ ਇਥੋਂ ਪਹਿਣਾ ਪਰਾਂ ਵਸਤੀ ਆਪਣੇ ਮੁਲਕ ਵਸਤੀ ਇਥੋਂ ਸਰਮਾਇਆ ਭੇਜ ਰਹੇ ਆ ਤੇ ਉਹ ਵੀ ਖੁਸ਼ ਨੇ ਤੇ ਜ਼ਾਹਿਰੀ ਗੱਲ ਹੈ ਕਿ ਆਪਣਾ ਕਾਰੋਬਾਰ ਸੁਨਤੇ ਰਸੂਲ ਵੀ ਹੈ ਇਹ 5 ਸਾਲ ਜਿਹੜੇ ਤੁਸੀਂ ਹੋ ਗਏ ਤੁਹਾਨੂੰ ਕਾਰੋਬਾਰ ਕਰਦੇ ਆ ਕੀ ਤੁਸੀਂ ਅਬਜ਼ਰਵ ਕੀਤਾ ਹੈ ਕਿ ਯਾਨੀ ਕਿ ਤੁਹਾਡੇ ਕੋਲ ਤਮਾਮ ਮਾਲਕ ਦੇ ਲੋਕ ਸੌਦਾ ਸਲਫ ਲੈਣ ਆਉਂਦੇ ਨਹੀਂ ਜਾਂ ਜ਼ਿਆਦਾਤਰ ਪਾਕਿਸਤਾਨੀ ਕਮਿਊਨਿਟੀ ਦੇ ਲੋਕ ਆ ਨਹੀਂ ਜੀ ਮੇਰੇ ਕੋਲ ਜ਼ਿਆਦਾ ਜਿਹੜੇ ਗਾਗ ਨੇ ਮੇਰੇ ਸਾਊਥ ਅਮਰੀਕਨ ਨੇ ਤੇ ਉਹਦੇ ਚ ਬ੍ਰਾਜ਼ੀਲ ਇਹ ਪੇਰੂ ਇਹ ਅਕਵਾਡੋਰੇ ਤੇ ਇਸ ਤਰ੍ਹਾਂ ਦੇ ਸਾਊਥ ਅਮਰੀਕਨ ਜ਼ਿਆਦਾ ਸਾਡਾ ਗਾ ਕੇ ਤੇ ਪਾਕਿਸਤਾਨੀ ਵੀ ਹੈ ਬਾਕੀ ਤਕਰੀਬਨ ਬਾਕੀ ਮੁਲਕਾਂ ਦੇ ਵੀ ਬਹੁਤ ਸਾਰੇ ਲੋਕ ਨੇ ਯੂਕਰੇਨ ਦੇ ਨੇ ਰੂਮਾਨੀਆ ਦੇ ਨੇ ਤਕਰੀਬਨ ਹਰ ਮੁਲਕ ਦਾ ਸਾਡਾ ਗਾ ਕੇ ਕਾਰੋਬਾਰ ਤਾਂ ਮੁਤਮਨ ਹੋ ਜੀ ਅਲhamdulillah ਜੀ ਅੱਲਾ ਪਾਕ ਦਾ ਬੜਾ ਸ਼ੁਕਰ ਹੈ ਇਹ ਹਲਾਲ ਗੋਸ਼ਤ ਫਰੋਦ ਕਰ ਰਹੇ ਹੋ ਜੀ ਅਲhamdulillah ਚੰਤੋਂ ਤੋਂ ਪਰਚੰਤ ਹਲਾਲ ਹੈ ਗਰੰਟੀ ਸ਼ੋਦਾ ਹੈ ਇਨਸ਼ਾ ਅੱਲਾ ਸਾਡੇ ਕੋਲ ਸਰਟੀਫਿਕੇਟ ਤਾਂ ਵੀ ਨੂੰ ਇਸਲਾਮੀ ਸੈਂਟਰ ਦੇ ਤੇ ਮਾਸ਼ਾ ਅੱਲਾ ਹਰ ਮਹੀਨੇ ਬਾਅਦ ਵਿਜ਼ਿਟ ਕਰਦੇ ਨੇ ਉੱਥੇ ਦਾ ਕਿ ਕਿ ਉਹ ਜਾ ਗੋਸ਼ ਕਿਸ ਤਰ੍ਹਾਂ ਦਾ ਉਹ ਕਾਰੋਬਾਰ ਕੈਸਾ ਜਾ ਰਿਹਾ ਜੀ ਅਲ ਹਮਦੁਲillah ਅੱਲਾ ਦਾ ਬੜਾ ਸ਼ੁਕਰ ਹੈ ਬਹੁਤ ਜ਼ਬਰਦਸਤ ਜਾ ਰਿਹਾ ਖੁਸ਼ ਹੋ ਮਤਮਨ ਹੋ ਅਲ ਹਮਦੁਲillah ਚਲੋ ਜੀ ਬਹੁਤ ਸ਼ੁਕਰੀਆ ਅੱਲਾ ਤਾਲਾ ਬਰਕਤ ਪਾ ਥੈਂਕ ਯੂ ਸਾਡਾ ਹੈ ਮਨੀ ਸੈਂਡਿੰਗ ਤੇ ਟਿਕਟਿੰਗ 에ਅ ਟਿਕਟਿੰਗ ਦਾ ਬਿਜ਼ਨਸ ਕਿਹਦਾ ਐਕਸਪੀਰੀਅੰਸ ਹੈ ਜ਼ਬਰਦਸਤ ਹੀ ਅੱਛਾ ਚੱਲ ਰਿਹਾ ਹੈ ਅਲ ਹਮਦੁਲillah ਜੀ ਮਾਸ਼ਾਅੱਲਾ ਪਾਕਿਸਤਾਨੀਆਂ ਤੋਂ ਅਲਾਵਾ ਵੀ ਲੋਕ ਆਂਦੇ ਨੇ ਤੁਹਾਡੇ ਕੋਲ ਕਸਟਮਰ ਜ਼ਿਆਦਾ ਬਗੈਰ ਪਾਕਿਸਤਾਨੀ ਜਿਹੜੇ ਨੇ ਉਹ ਆਂਦੇ ਨੇ ਮਾਸ਼ਾਅੱਲਾ ਹੈਪੀ ਹੋ ਖੁਸ਼ ਹੋ ਜੀ ਸ਼ੁਕਰ ਹੈ ਅੱਲਾ ਦਾ ਹਾਂ ਜੀ ਮੇਰਾ ਸੈਦ ਗੁਲਾਮ ਅਬਾਸ ਗੁਜਰਾਤ ਮਦੀਨਾ ਸੈਦਾ ਤੋਂ ਸਰ ਕਿੰਨੀਆਂ ਸ਼ਾਪਾਂ ਨੇ ਤੁਹਾਡੀਆਂ ਸਾਡੀਆਂ ਤਿੰਨ ਸ਼ਹਿਰ ਚ ਨੇ ਕਮਿਊਨੀਕੇਸ਼ਨ ਦੀਆਂ ਤੇ ਦੋ ਅਸੀਂ ਫੂਡ ਦੀਆਂ ਪਾਈਆਂ ਨੇ ਤੇ ਮਜ਼ੀਦ ਜਿਹੜਾ ਨਾ ਅੱਗੇ ਵੇਖ ਰਹੇ ਹਾਂ ਵੇਖਣ ਦਾ ਯਾਨੀ ਕਿ ਅਗਰ ਤੁਸੀਂ ਮਜ਼ੀਦ ਅੱਗੇ ਵੇਖਣ ਦੇ ਹੋ ਤੇ ਫਿਰ ਇਹਦਾ ਮਤਲਬ ਤੁਹਾਡਾ ਐਕਸਪੀਰੀਅੰਸ ਜਿਹੜਾ ਬਹੁਤ ਅੱਛਾ ਹੈ ਜੀ ਮਾਸ਼ਾਅੱਲਾ ਬਹੁਤ ਅੱਛਾ ਹੈ ਕਰੀਬਨ 18 ਸਾਲ ਹੋ ਗਏ ਤੁਹਾਨੂੰ ਬਿਜ਼ਨਸ ਕਰਦੇ ਇਹ ਬਿਲਕੁਲ ਛੋਟੇ ਤੋਂ ਸ਼ੁਰੂ ਕੀਤਾ ਹੈ ਅੱਜ ਅੱਲਾ ਦੀ ਕਰਮ ਨਵਾਜ਼ੀ ਹੈ ਕਿ ਸਟੈਂਡ ਹੋਏ ਆ ਬੱਚਿਆਂ ਸਮੇਤ ਤਕਰੀਬਨ 18 ਸਾਲ ਹੋ ਗਏ 18 ਸਾਲ ਹੋ ਗਏ ਕਿਹਦਾ ਐਕਸਪੀਰੀਅੰਸ ਹੈ ਕਾਰੋਬਾਰ ਦਾ ਬਾਸ ਅਲਹਮਦੁਲਿਲਾ ਜੋ ਹਮਾਰੇ ਨਬੀ ਨੇ ਫਰਮਾਇਆ ਕਿ ਤਜਾਰਤ ਕਰੋ ਤੋ ਅੱਲਾ ਪਾਕ ਉਸ ਮੇ ਬਰਕਤ ਡਾਲਤੇ ਹੈ ਕੋਈ ਹੈ ਕੋਸ਼ਿਸ਼ ਕਰੋ ਔਰ ਸਭ ਕੁਝ ਮਿਲਤਾ ਹਾਂ ਮੈਂ ਇੱਕ ਸਵਾਲ तमाम ਲੋਗੋ ਸੇ ਪੁੱਛ ਰਹੇ ਹਾਂ ਕਿ ਆਪ ਪਾਕਿਸਤਾਨੀ ਹੈ ਆਪਕੇ ਪਾਸ ਜੋ ਕਸਟਮਰ ਹੈ ਉਹ ਜ਼ਿਆਦਾਤਰ ਪਾਕਿਸਤਾਨੀ ਆਤੇ ਹਨ ਜਾਂ ਮਿਕਸ ਆਤੇ ਹਨ तमाम ممالک ਦੇ ਨਹੀਂ ਹਮਾਰੇ ਪਾਸ ਤੋਂ ਕਸਟਮਰ ਜੈਨ ਉਹ ਪਾਕਿਸਤਾਨੀ ਵੀ ਹੈ ਉਸਨੇ ਇਟਾਲੀਅਨ ਵੀ ਹੈ ਸਾਊਥ ਅਮਰੀਕਨ ਵੀ ਹੈ ਰੂਸਕੇ ਵੀ ਹੈ ਨਾਈਜੀਰੀਆ ਅਫਰੀਕਾ ਨਾਲ ਤਕਰੀਬਨ ਸਭ ਕੰਟਰੀ ਮਿਕਸ ਆਤੇ ਹਨ ਜੈਸੇ ਉਹ ਲੋਕ ਹਮਾਰਾ ਰਿਸਪੈਕਟ ਕਰ ਰਹੇ ਹਮਨ ਲੋਕਾਂ ਕੇ ਸਪੈਕਟ ਕਰਨੀ ਚਾਹੀਏ ਕਿ ਜੇ ਸੇ ਬੰਦੇ ਜੋ ਵੀ ਕਾਰੋਬਾਰ ਕੀਤਾ ਹੈ ਚਾਹੇ ਉਹਦੀ ਬਾਰਬਰ ਦੀ ਸ਼ਾਪ ਹੈ ਚਾਹੇ ਉਹਦੀ ਮੋਬਾਈਲ ਸ਼ਾਪ ਹੈ ਜਾਂ ਚਾਹੇ ਮਿਨੀ ਮਾਰਕੀਟ ਹੈ ਉਹ ਖੁਸ਼ ਹੈ ਕਿ ਸਾਡੇ ਕੋਲ तमाम ਤਬਕਾ ਦੇ ਲੋਕ ਆਉਂਦੇ ਨੇ ਔਰ ਅਸੀਂ ਇੱਕ ਫੈਮਿਲੀ ਤਰ੍ਹਾਂ ਇੱਥੇ ਰਹਿਣ ਡਏ ਆ ਇਹ ਜੀ ਇਟਲੀ ਦੀ ਸੁੰਦਰਤਾ ਹੈ ਜਿਹੜੀ ਤੁਸੀਂ ਵੇਖੀਏ ਮੈਨੂੰ ਉਮੀਦ ਹੈ ਕਿ ਤੁਹਾਡੇ ਨੌਲੇਜ 'ਚ ਅਜ਼ਾਫਾ ਹੋਇਆ ਹੋਵੇਗਾ ਔਰ ਬੜੀਆਂ ਅਸੀਆਂ ਚੀਜ਼ਾਂ ਜਿਹੜੀਆਂ ਤੁਸੀਂ ਪਹਿਲੀ ਦਫਾ ਵੇਖੀ ਹੋਣਗੀਆਂ ਮਜ਼ੇਦ ਇਨਫਾਰਮੇਟਿਵ ਵੀਡੀਓ ਵੇਖਣ ਵਾਸਤੇ ਸਾਡੇ ਚੈਨਲ ਪੰਜਾਬ ਯੂਰੋ ਟੀਵੀ ਤੁਸੀਂ ਉਹਨੂੰ ਵਿਜ਼ਿਟ ਕਰ ਸਕਦੇ ਹੋ ਮੈਨੂੰ ਨੈਕਸਟ ਵੀਡੀਓ ਤੱਕ ਇਜਾਜ਼ਤ ਦਿਓ ਅੱਲਾ ਹਾਫਿਜ਼